ਕੀ ਕਲਚਰ ਦੇ ਵਿੱਚ ਇਹ ਹੈ ਕਿ ਬੈੱਡ ਸ਼ੀਟਸ ਦੂਜੇ ਦਿਨ ਚੈੱਕ ਕੀਤੀ ਜਾਂਦੀ ਹੈ ਯੈਸ ਦੈਟ ਇਜ਼ ਸੋ ਇਨਕੋਰਰੈਕਟ ਸੱਚਾ ਰੂਡ ਸੱਚਾ ਡਿਸਰੈਸਪੈਕਟਫੁਲ ਥਿੰਗ ਟੂਵਰਡਸ ਅ ਵੂਮਨ ਕੀ ਤੁਹਾਨੂੰ ਲੱਗਦਾ ਹੈ ਕਿ ਉੱਥੇ ਬੈਟਰਮੈਂਟ ਜ਼ਿਆਦਾ ਹੈ ਇੱਥੇ ਨਾਲੋਂ ਔਰ ਇੱਥੇ ਜ਼ਿਆਦਾ ਜ਼ਰੂਰਤ ਹੈ ਇਸ ਚੀਜ਼ ਨੂੰ ਇੰਪਰੂਵ ਕਰਨ ਦੀ ਮੈਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਮੈਂ ਸੁਣਦੀ ਆ ਕਿ ਇੱਕ ਛੋਟੀ ਬੱਚੀ ਦਾ ਰੇਪ ਹੋ ਰਿਹਾ ਹੈ ਇਹ ਹੋ ਰਿਹਾ ਹੈ ਉਹ ਹੋ ਰਿਹਾ ਹੈ ਇਟਸ ਜਸਟ ਲਾਈਕ ਵਾਈ? ਆਪਣੀ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਕਿ ਜੇ ਕੁੜੀ ਬੋਲਡ ਹੈ ਬੇਬਾਕ ਹੈ ਔਰ ਜੇ ਉਹ ਆਪਣੀ ਗੱਲ ਰੱਖਣਾ ਜਾਣਦੀ ਹੈ ਤਾਂ ਸਭ ਤੋਂ ਪਹਿਲੀ ਚੀਜ਼ ਉਹਨੂੰ ਜਿਹੜੀ ਉਹਦਾ ਜਿਹੜਾ ਕੈਰੈਕਟਰ ਅਸੈਸਿਨੇਸ਼ਨ ਵੱਲ ਲੋਕਾਂ ਦੀ ਮਾਨਸਿਕਤਾ ਨੂੰ ਲੈ ਜਾਂਦੀ ਹੈ ਨੇ ਪੈਰੈਂਟਸ ਨੂੰ ਪ੍ਰੋਬਲਮ ਨਹੀਂ ਹੋਈ ਪਰ ਮੇਰੀ ਰਿਸ਼ਤੇਦਾਰੀ ਚ ਬਹੁਤ ਪ੍ਰੋਬਲਮ ਸੀ ਵੀ ਇਹਨਾਂ ਦੀਆਂ ਦੋ ਕੁੜੀਆਂ ਐ ਲੈ ਕੱਲ ਨੂੰ ਕੌਣ ਸਾਂਭੇਗਾ ਇਹ ਹੋ ਐਂਡ ਅੱਜ ਟੱਚਡ ਬਾਈ ਦਾ ਗ੍ਰੇਸ ਆਫ ਗੋਡ ਮੀ ਐਂਡ ਮਾਈ ਸਿਸਟਰ ਵੀ ਡੂਇੰਗ ਵੰਡਰਫੁਲ ਐਂਡ ਉਹਨਾਂ ਦੇ ਮੁੰਡੇ ਕਰੇ ਬੈਠੇ ਨੇ I do not say anything, but hmm. yes, universe will make you count things. It right. is not about girl or uh, boy. Hmm. It hmm. is about how you nurture them and what you make them. So you do know, exactly. shape kidney. Hmm. So add the magic will cut things. Cut things, Jan. We kudiya te yeh ni kar paagi, who ni kar ਔਰ ਇੱਕ ਸੈਕਿੰਡ ਲਗਾਉਂਦੇ ਨੇ ਸਿਰਫ ਟਾਈਪ ਕਰਨ ਦੇ ਵਿੱਚ ਔਰ ਉਹ ਇਹ ਵੀ ਨਹੀਂ ਸਮਝ ਪਾਉਂਦੇ ਕਿ ਇਹਨੂੰ ਹੋਰ ਵੀ ਕਿੰਨੇ ਜਣੇ ਪੜ੍ਹਣਗੇ ਤੇ ਕਿੰਨਾ ਗੰਦਾ ਪ੍ਰਭਾਵ ਪਏਗਾ ਸ਼ਰਦਾਬਲੀ ਮੈਂ ਤਾਂ ਇਹ ਸ਼ਬਦ ਕਦੇ ਦੇਖਿਆ ਵੀ ਨਹੀਂ ਸੀ ਸੁਣੀ ਵੀ ਨਹੀਂ ਸੀ ਹਾਂ ਜਿਹੜੇ ਮੈਂ ਦੇਖਦੀਆਂ ਕਮੈਂਟਸ ਦੇ ਵਿੱਚ ਮੈਨੂੰ ਕਿਹਾ ਪੁੱਛਣਾ ਪੈਂਦਾ ਤੇ ਜਦੋਂ ਮੈਂ ਪੁੱਛ ਲੈਂਦੀ ਆ ਫਿਰ ਕੋਈ ਕਹਿੰਦਾ ਨਹੀਂ ਨਹੀਂ ਇਹ ਨਹੀਂ ਕਹਿਣਾ ਬੈਡ ਵਰਡ ਐਂਡ ਲਾਈਕ ਸੋ ਸੁਣੀ ਵੀ ਨਹੀਂ ਹੈਗੇ ਤੁਸੀਂ ਔਰਲੀ ਇਹੋ ਜਿਹੇ ਸ਼ਬਦ ਯੂਜ਼ ਕਰ ਰਹੇ ਹੋ ਤੁਸੀਂ ਪੁੱਛਿਆ ਕਿ ਬੋਡੀ ਕਾਊਂਟ ਐਂਡ ਆਲ ਜਦੋਂ ਮੁੰਡਾ ਛੱਤੀ ਜਗ੍ਹਾ ਤੇ ਵੀ ਚਲਿਆ ਜਾਂਦਾ ਤੇ ਹੁੰਦਾ ਵੀ ਮੁੰਡਾ ਜਵਾਨ ਹੋ ਰਿਹਾ ਘਰ ਦੇ ਬੜਾ ਪ੍ਰਾਊਡ ਫੀਲ ਕਰਦੇ ਨੇ ਇਨਫੈਕਟ ਬਚਪਨ ਤੋਂ ਤੇਰੀ ਸਹੇਲੀ ਕੌਣ ਆ ਕਲਾਸ ਤੇ ਸਹੇਲੀ ਕੌਣ ਫਰਸਟ ਕਲਾਸ ਦੇ ਬੱਚੇ ਨੂੰ ਵੀ ਘਰ ਆ ਕੇ ਇਹ ਪੁੱਛਦੇ ਆ ਤੇਰੀ ਉਹ ਵਾਲੀ ਸਹੇਲੀ ਦਾ ਨਾਮ ਦੱਸ ਇਹਨਾਂ ਨੂੰ ਗੈਸਟ ਆਂਦੇ ਜਦੋਂ ਕਿ ਕਿਉਂ ਨਹੀਂ ਕੁੜੀਆਂ ਨੂੰ ਉਹ ਹੱਕ ਦਿੱਤੇ ਜਾਂਦੇ ਵਿੱਚ ਤੁਹਾਡੇ ਨਾਲ ਕੋਈ ਕੁਛ ਕਰ ਰਿਹਾ ਕਿ ਮਾਰ ਕੇ ਆ ਜੋ ਵੇਖਾਂਗੇ ਰਾਈਟ ਉਹਨਾਂ ਨੂੰ ਸਿਖਾਇਆ ਜਾਂਦਾ ਨਾ ਨਾ ਲੜਾਕੀ ਕੁੜੀਆਂ ਦੇ ਵਿਆਹ ਨਹੀਂ ਹੋਣੇ ਬਾਜ ਤੇ ਕੀ ਕਰੋ ਫਿਰ

ਤੁਸੀਂ ਜਾਇ ਡਿਗਰੀ ਕਰੋ ਕਿ ਉਹ ਇੰਨਾ ਯਾ ਸਟਾਰਟ ਹੋਵੇਗਾ ਆਈ ਥਿੰਕ ਗਰਲਸ ਆਰ ਸਿਰਫ ਐਨੀ ਸਿੰਪਲ ਜੀ ਹੈ ਕੁੜੀਆਂ ਕੋਈ ਮੁੰਡਿਆਂ ਦੇ ਕੰਪੀਟੀਸ਼ਨ ਚ ਨਹੀਂ ਜਾਂਦੇ ਥੈਟ ਵੀ ਆਰ ਬੈਟਰ ਦੈਨ ਯੂ ਇਹ ਉਹ ਗੱਲ ਸਿਰਫ ਐਨੀ ਹੈ ਜਿਵੇਂ ਤੁਸੀਂ ਜੀਰੋ ਨਾਲ ਖੁੱਲ ਕੇ ਉਹ ਵੀ ਸਾਨੂੰ ਵੀ ਖੁੱਲ ਕੇ ਜੀ ਲੈਂਦੇ ਮੇਰੇ ਜਿਦਾ ਯੂ نو ਕਿ ਕਜ਼ਨਸ ਨੇ ਉਹ ਕਹਿੰਦੇ ਵੀ ਸਾਡੇ ਪੇਰੈਂਟਸ ਨੇ ਤਾਂ ਕਿਹਾ ਸੀ ਕਿ ਨਹੀਂ ਉਹ ਨਹੀਂ ਬੈਠ ਸਕਦੇ ਉਸ ਕਲਾਸ ਦੇ ਵਿੱਚ ਵਾਈ ਕੈਨ ਯੂ ਨੋਟ ਡੂ ਸੈਕਸ ਐਜੂਕੇਸ਼ਨ ਇਟਸ ਵਨ ਇਟਸ ਸੋ 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 ਇੰਪੋਰਟੈਂਟ ਕਿ ਤੁਸੀਂ ਛੋਟੇ ਬੱਚੇ ਨੂੰ ਸਿਖਾਓ ਕਿ ਕੀ ਸਹੀ ਹੈ ਕਿਹੜਾ ਟੱਚ ਸਹੀ ਹੈ ਕਿਹੜਾ ਟੱਚ ਗਲਤ ਹੈ ਰਾਈਟ ਜੀ ਸੋ ਆਪਣਾ ਆਪਣੀ ਮੁੰਡਿਆਂ ਨੂੰ ਸਿਖਾਈਏ ਕੁੜੀਆਂ ਨੂੰ ਦੋਨਾਂ ਨੂੰ ਸਿਖਾਈਏ ਕਿਉਂਕਿ ਅੱਜਕੱਲ ਕੁੜੀਆਂ ਵੀ ਬਹੁਤ ਅੱਕਾ ਕਰ ਰਹੀਆਂ ਜੀ ਕਹਿੰਦੇ ਨੇ ਕਿ ਊਮਨ ਇੱਕ ਬਹੁਤ ਬਿਊਟੀਫੁਲ ਕ੍ਰੀਏਸ਼ਨ ਹੈ ਜਿਹੜੀ ਪਰਮਾਤਮਾ ਨੇ ਬਣਾਈ ਹੈ ਔਰ ਕਹਿੰਦੇ ਨੇ ਕਿ ਪਰਮਾਤਮਾ ਹਰ ਜਗ੍ਹਾ ਨਹੀਂ ਪਹੁੰਚ ਸਕਦਾ ਇਸ ਲਈ ਉਹਨੇ ਊਮਨ ਬਣਾਈ ਹੈ ਸੋ ਮੈਨੂੰ ਲੱਗਦਾ ਹੈ ਕਿ ਊਮਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਬਿਊਟੀਫੁਲ ਪਾਵਰ ਹੈ ਔਰ ਕੁਝ ਵੀ ਕਰ ਸਕਦੀ ਹੈ ਫਿਲਹਾਲ ਸਾਡੇ ਨਾਲ ਦੋ ਐਹੋ ਜਿਹੇ ਕ੍ਰੀਏਸ਼ਨਸ ਆਈ ਏਮ ਇਨ ਬਿਊਟੀਸ ਨੇ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਯਾਨੀ ਕਿ ਸੋਹਣੀਆਂ ਅਚੀਵਮੈਂਟਸ ਹਾਸਲ ਕੀਤੀਆਂ ਨੇ ਔਰ ਆਪਣੀ ਐਸੀ ਕਾਬਲੀਅਤ ਦੇ ਨਾਲ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ ਸੋ ਮੈਂ ਤੁਹਾਨੂੰ ਵੀ ਮਿਲਵਾਉਣਾ ਚਾਹਾਂਗੀ ਐਂਡ ਔਮਨਸ ਡੇ ਸਪੈਸ਼ਲ ਤੇ ਅਸੀਂ ਬਹੁਤ ਜ਼ਿਆਦਾ ਕੁਝ ਸਪੈਸ਼ਲ ਗੱਲਬਾਤ ਅੱਜ ਕਰਾਂਗੇ ਸੋ ਬਹੁਤ ਬਹੁਤ ਸਵਾਗਤ ਹੈ ਤਾਨੀਆ ਐਂਡ ਰਾਜ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਤੇ ਪਹਿਲੇ ਤਾਂ ਦੋਨੋਂ ਹੀ ਬਹੁਤ ਸੋਹਣੀਆਂ ਲੱਗ ਰਹੀਆਂ ਥੈਂਕ ਯੂ ਕਿਹੜੇ ਕਿਹੜੇ ਫੁੱਲ ਲੱਗ ਰਹੇ ਹੋ ਸੋ ਫਿਲਮ ਦੇ ਲਈ ਬਹੁਤ ਮੁਬਾਰਕਾਂ

ਉਹਨਾਂ ਦੀ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਦੋਨਾਂ ਦੇ ਨਾਲ ਬਟ ਬਹੁਤ ਹੀ ਬਿਊਟੀਫੁਲੀ ਤੁਸੀਂ ਹਾਜ਼ਰੀ ਲਗਵਾ ਰਹੇ ਹੋ ਬੜੇ ਖੁਸ਼ ਹੋ ਰਹੇ ਨੇ ਤੁਹਾਨੂੰ ਚਾਨ ਵਾਲੇ ਕਿਉਂਕਿ ਦੇਖ ਰਹੇ ਨੇ ਅਸੀਂ ਤੁਹਾਡੀ ਪਰਮੋਸ਼ਨ ਵੀਡੀਓਜ਼ ਦੇਖੀਆਂ ਨੇ ਅਮ ਇੱਕ ਗੱਲ ਜ਼ਰੂਰ ਸ਼ਾਇਦ ਤੁਸੀਂ ਹੁਣ ਤੱਕ ਇਸ ਚੀਜ਼ ਦਾ ਜਵਾਬ ਦੇ ਵੀ ਚੁੱਕੇ ਹੋਵੋਗੇ ਲੇਕਿਨ ਫਿਰ ਵੀ ਆਡੀਅנס ਨੂੰ ਕਿਤੇ ਨਾ ਕਿਤੇ ਇੱਕ ਤਾਂ ਟਾਈਟਲ ਚੇਂਜ ਹੋਇਆ ਓ ਇਸ਼ੂ ਨਹੀਂ ਹੈ ਕਿਉਂਕਿ ਬਹੁਤ ਸਾਰੀ ਫਿਲਮਾਂ ਦੇ ਟਾਈਟਲਸ ਜਿਹੜੇ ਨੇ ਉਹ ਚੇਂਜ ਹੁੰਦੇ ਨੇ ਪਰ ਇਸ ਦੇ ਵਿੱਚ ਅਸੀਂ ਦੇਖ ਰਿਹਾ ਕਿ ਔਮਨ ਔਰੀਐਂਟਡ ਇੱਕ ਜਿਹੜਾ ਕਨਸੈਪਟ ਹੈ ਉਹ ਵੀ ਖਾਇਆ ਗਿਆ ਬਟ ਮਿੱਤਰਾਂ ਦਾ ਨਾਮ ਚੱਲਦਾ ਕਿਸ ਤਰ੍ਹਾਂ ਜਸਟੀਫਿਕੇਸ਼ਨ ਦੇਗਾ ਇਸ ਚੀਜ਼ ਦੀ ਜਾਂ ਕਿਸ ਤਰ੍ਹਾਂ ਜਸਟੀ ਤਾਨਿਆ আচ্ছা ਮੈਂ ਆ ਬੇਸਿਕਲੀ ਇਹ ਜਿਹੜਾ ਟਾਈਟਲ ਹੈ ਜ ਜਦੋਂ ਤੁਸੀਂ ਪੂਰੀ ਫਿਲਮ ਸਾਡੀ ਵੇਖੂਗੇ ਉਦੋਂ ਤੁਹਾਨੂੰ ਜਸਟੀਫਿਕੇਸ਼ਨ ਲੱਗੇਗੀ ਕਿ ਹਾਂ this title is apt for the story ਜੋ ਸੀ ਪੋਰਟ੍ਰੇ ਕੀਤੀ ਹੈ ਉਹ ਸਾਨੂੰ ਪਲੱਸ ਹੈ ਕਿ ਇਸ ਟਾਈਟਲ ਦਾ ਇੱਕ ਗਾਣਾ ਹੈ ਜੋ ਕਿ ਵਰਲਡ ਫੇਮਸ ਹੈ ਐਂਡ ਅਸਟੇ ਦਿਮਾਗ ਚ ਨਾਲੇ ਬੈਕਗ੍ਰਾਉਂਡ ਵਜਣਾ ਸਟਾਰਟ ਹੋ ਜਾਂਦਾ ਬਟ this title is very much apt to the story ਉਹ mm. पूरी स्टोरी वेखन तो थो बाद थोनू पता लगेगा ओके okay. सो so, जो तो तुसी ए गाना मतलब ए फिल्म तोडे कोले आई सी टाइटल जो तो चेंज कीता है तोडे दिमाग च भी ओही गाना आया सीगा hmm. या रुक तो, के सब तो पहला ओही गाना आया सी मित्रा दा नाम चलदा जित्थे मर्जी बने कितनी बार सुन लिया तुसी दोना ने वैसे वैसे होने भी चल रहा सीगा ना मैं हां आई थिंक ओही वाज कांस्टेंटली चल रहा है जीत हरमन जी सडे बहुत लेजेंडरी आर्टिस्ट ਜੋ ਗੀਤ ਸੀਗਾ ਸੀ ਬਹੁਤ ਪੱਗਾਂ ਵਾਲੇ ਆ ਕਿ ਸਾਡੀ ਫਿਲਮ ਨੂੰ ਉਹ ਗਾਣੇ ਦਾ ਟਾਈਟਲ ਵੀ ਮਿਲਿਆ ਹੈ ਸੋ ओके सो ਕੈਰੈਕਟਰਸ ਤੇ ਗੱਲ ਕਰਨਾ ਚਾਹਾਂਗੇ ਬੜੇ ਸੰਜੀਦਾ ਜਿਹੇ ਕੈਰੈਕਟਰਸ ਨੇ ਜੋ ਮੈਨੂੰ ਲੱਗਦਾ ਹੈ ਹੁਣ ਤੱਕ ਯੂਜੂਅਲੀ ਅਸੀਂ ਦੇਖਦੇ ਸੀ ਕਿ ਐਕਟ੍ਰੈਸ ਦਾ ਕੰਮ ਕੀ ਹੈ ਬਿਊਟੀਫੁਲੀ ਫਰੇਮ ਕਰਕੇ ਵੀ ਖਾਣਾ ਜਾਂ ਗਾਣੇ ਜਾਂ ਪਰ ਹੁਣ ਇਦਾਂ ਦੇ ਕਨਸੈਪਟਸ ਆ ਰਹੇ ਸੋ ਬੜੇ ਮਾਨ ਵਾਲੀ ਗੱਲ ਹੈ ਸਾਡੇ ਲਈ ਹੁਣ ਤੁਹਾਡੇ ਕਨਸੈਪਟ ਦੀ ਕੈਰੈਕਟਰ ਦੀ ਪਹਿਲਾਂ ਗੱਲ ਕਰਦੇ ਆ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਨੇ ਬਟ ਅਸੀਂ ਉਸ ਚੀਜ਼ ਨੂੰ ਐਕਸੈਪਟ ਖੁਦ ਹੀ ਨਹੀਂ ਕਰਨਾ ਚਾਹੁੰਦੇ ਸੋ ਇਸ ਕੈਰੈਕਟਰ ਦੇ ਲਈ ਤਾਂ ਇਹਦੀ ਅਡਾਪਸ਼ਨ ਦੇ ਲਈ ਤੁਸੀਂ ਕਿੰਨਾ ਕ ਆਸ-ਪਾਸ ਦੀ ਚੀਜ਼ਾਂ ਨੂੰ ਆਬਜ਼ਰਵ ਕੀਤਾ ਹੈ ਜਾਂ ਫਿਰ ਤੁਸੀਂ ਵੀ ਆਪਣੀ ਪਿਛਲੀ ਜ਼ਿੰਦਗੀ ਤੇ ਕਿਸੇ ਕੈਰੈਕਟਰ ਨੂੰ ਮਾਈਂਡ 'ਚ ਰੱਖਿਆ ਹੈ ਮੈਂ ਬਹੁਤ ਜ਼ਿਆਦਾ ਵੇਖਿਆ ਦੂਜੇ ਲੋਕਾਂ ਨੂੰ ਕਿ ਉਹ ਕਿੱਥੋਂ ਸਫਰ ਕਰ ਰਹੇ ਹੈ ਵਾਟ ਇਜ਼ ਹੈਪਨਿੰਗ ਜੇ ਕੋਈ ਐ ਚੀਜ਼ ਕਰ ਰਿਹਾ ਹੈ ਤੇ ਉਹਦੀ ਬੈਕਸਟੋਰੀ ਕੀ ਹੋਏਗੀ ਕਿਹੜੀ ਚੀਜ਼ ਹੈ ਜਿਹਨੇ ਉਹਨੂੰ ਐ ਕਰਨ ਤੇ ਮਜਬੂਰ ਕਰਤਾ ਹੋਏਗਾ ਬਿਕਸ ਬਿੰਦਰ ਦਾ ਕੈਰੈਕਟਰ ਮੇਰੀ ਰੀਅਲ ਲਾਈਫ ਤੋਂ ਬਹੁਤ ਡਿਫਰੈਂਟ ਹੈ ਉਹ ਤਾੜ-ਤਾੜ ਗੱਲਾਂ ਮਾਰਨ ਵਾਲੀ ਕੁੜੀ ਹੈ ਮੈਂ ਨਹੀਂਗੀ ਉਹ ਐਂ ਇੱਕ ਬੰਦਾ ਦਾ ਬੇਵਕੂਫ ਬਣਾ ਦੇ ਖੜੀ-ਖੜੀ ਡੈਟ ਇਜ਼ ਦਾ ਕੈਰੈਕਟਰ ਥੈਟ ਆ ਹੈਵ ਪਲੇਡ ਐਸ ਬਿੰਦਰ ਤੁਸੀਂ ਵੇਖਿਆ ਉਹਨੇ ਟ੍ਰੇਲਰ ਚ ਬੱਚਾ ਲੈ ਕੇ ਕਿੱਥੇ ਰੂਮ ਲੈ ਰਹੀ ਹੈ ਐਂ ਤਾਂ ਉਹ ਬੇਵਕੂਫ ਬਣਾ ਰਹੀ ਹੈ ਦੁਨੀਆ ਨੂੰ ਸੋ ਸ਼ੀ ਇਜ਼ ਵੈਰੀ ਸਮਾਰਟ ਐਂਡ ਪਿੰਡੋ ਆਇਆ ਸ਼ੈਰ ਜੈਂਟ ਡੈਟ ਇਜ਼ ਉਹ ਆਪਣੇ ਸਰਵਾਈਵਲ ਨਹੀਂ ਕਰ ਰਹੀ ਕਿਉਂਕਿ ਨਾਊ ਡੇਜ਼ ਜਿਆਦਾ ਵੀ ਪੋਲੇ ਬੰਦੇ ਦਾ ਸਰਵਾਈਵਲ ਹੈ ਨਹੀਂ ਸੋ ਦੈਟ ਇਜ਼ ਦਾ ਕੈਰੈਕਟਰ ਪਰ ਜਦੋਂ ਰੀ ਮੂਵ 온 ਹੁੰਦੇ ਹੁੰਦੇ ਕੋਰਟ ਰੂਮ ਤੱਕ ਪਹੁੰਚਦੀ ਹੈ ਯੈਸ ਆਫ ਕਰਸ ਮੈਂ ਬਹੁਤ ਸਾਰੀਆਂ ਸਟੋਰੀਆਂ ਵੇਖੀਆਂ ਐਂਡ ਮੈਂ ਬਹੁਤ ਸਾਰੀਆਂ 올 ਲੇਡੀਜ਼ ਦੇਖੀਆਂ ਜਿਨ੍ਹਾਂ ਨੇ ਇੰਨਾ ਸਟਰਗਲ ਜ਼ਿੰਦਗੀ 'ਚ ਵੇਖਿਆ ਬਟ ਬਾਹਰੋਂ ਦੇ ਆ ਸਮਾਈਲਿੰਗ ਐਂਡ ਯੂ ਕੈਨ ਨਾਟ ਫੀਲ ਕਿ ਉਹਨਾਂ ਨੇ ਇੰਨਾ ਟੋਰਚਰ ਲਾਈਫ 'ਚ ਵੇਖਿਆ ਜਾਂ ਕੁਝ ਕੀਤਾ ਸੋ ਉਹ ਇੱਕ ਸਾਰਟ ਆਫ ਸਟਰੈਂਥ ਦਿੰਦਾ ਸਾਨੂੰ ਥੈ ਦੇ ਹੈਡ ਅ ਬੈਟਲ ਵਿਦ ਲਾਈਫ ਸੋ ਉਹ ਚੀਜ਼ਾਂ ਮੈਂ ਐਸ ਕੈਰੈਕਟਰ ਨੂੰ ਕਰਨ ਤੋਂ ਪਹਿਲੇ ਜ਼ਰੂਰ ਵੇਖਿਆ ਸੀ ਬਿਕਾਜ਼ ਲਾਸਟ ਤੱਕ ਜਾ ਕੇ ਉਹ ਹਿੰਮਤ ਉਹ ਗੱਡਸ ਐਂਡ ਉਹ ਸਪੀਚ ਚਾਹੀਦੀ ਸੀ ਉਹ ਤੁਹਾਡੇ ਡਾਇਲੌਗਸ 'ਚ ਕੌਨਫੀਡੈਂਸ ਉਹ ਚਾਹੀਦਾ ਸੀ

ਇਹਨੂੰ ਇਫਲੂਐਂਸੀ ਦੇ ਨਾਲ ਪੰਜਾਬੀ ਬੋਲਣੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਬਟ ਅਡਾਪਟ ਕਰਨਾ ਮੈਨੂੰ ਥੋੜਾ ਟਾਈਮ ਲੱਗ ਜਾਂਦਾ ਜਦੋਂ ਤੁਸੀਂ ਬਾਹਰੋਂ ਆਉਨੇ ਹੋ ਫਿਰ ਵੀ ਤੁਸੀਂ ਉਸੇ এনवायरमेंट ਇਸ਼ੂ ਹੈ ਸਲੈਂਗ ਇਸ਼ੂ ਹੁੰਦਾ ਹੈ ਸੋ ਅਸੀਂ ਪਹਿਲਾਂ ਤਾਂ ਹਫਤਾ ਤਾਂ ਮੈਂ ਪੰਕਤ ਸਰ ਨੇ ਮੈਨੂੰ ਕਿਹਾ ਸੀ ਹਫਤਾ ਤੂੰ ਸਿਰਫ ਤੇ ਸਿਰਫ ਪੰਜਾਬੀ ਬੋਲਣੀ ਇੱਕ ਵੀ ਸ਼ਬਦ ਤੇਰਾ ਅੰਗਰੇਜ਼ੀ ਦਾ ਨਹੀਂ ਆਉਣਾ ਚਾਹੀਦਾ ਮੂੰਹ ਸੋ ਅਸੀਂ ਕੀਤਾ ਹੈ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਇੱਕ ਹਫਤਾ ਸਿਰਫ ਪੰਜਾਬੀ ਬੋਲਾਂ ਫਿਰ ਉਹ ਫਿਰ ਵਾਪਸ ਮੈਂ ਆ ਗਈ ਸੀ ਉਸ ਜ਼ੋਨ ਦੇ ਵਿੱਚ ਤਾਂ ਉਹ ਮੇਰੇ ਲਈ ਬਹੁਤ ਹੈਲਪ ਹੋਈ ਆਉਂਦੀ ਬਟ ਕਰਮ ਦਾ ਕੈਰੈਕਟਰ ਇੱਕ ਨਰਸ ਹੈ ਉਹ ਇੱਕ ਗਰੀਬ ਘਰ ਤੋਂ ਆਉਂਦੀ ਹੈ ਤੇ ਉਹ ਆਪਣੇ ਬਾਪ ਦਾ ਨਾਮ ਰੌਸ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਪਣੇ ਬਾਪ ਨੂੰ ਕੁਝ ਪ੍ਰੂਫ ਕਾਇੰਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਾਇਦ ਮੈਂ ਕੁੜੀ ਕੁੜੀ ਹੋ ਕੇ ਵੀ ਇੱਕ ਮੁੰਡੇ ਦਾ ਫਰਜ਼ ਨਿਭਾ ਸਕਾਂ ਸੋ ਇੱਕ ਬਹੁਤ ਹੀ ਅਨੋਖਾ ਜਿਹਾ ਕੈਰੈਕਟਰ ਹੈ ਬਟ ਫਰ ਰੀਅਲ ਕੈਰੈਕਟਰ ਹੈ ਜੋ ਕੁੜੀਆਂ ਨਾਲ ਸ਼ਾਇਦ ਹੋ ਰਿਹਾ ਹੈ ਜੋ ਵਾਪਰ ਰਿਹਾ ਹੈ ਕੁੜੀਆਂ ਦੇ ਨਾਲ ਸ਼ਾਇਦ ਉਹ ਅਸੀ ਕਰਮ ਦੇ ਕੈਰੈਕਟਰ ਥਰੂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਓਕੇ ਕਰਮ ਉਹ ਪਹਿਲਾ ਕੈਰੈਕਟਰ ਹੈ ਜਿਹੜਾ ਪੀਜੀ ਦੇ ਵਿੱਚ ਰਹਿ ਰਿਹਾ ਹੁੰਦਾ ਹੈ ਬਿੰਦਰ ਤੇ ਹੀਨਾ ਬਾਅਦ ਵਿੱਚ ਆਉਂਦੀਆਂ ਨੇ ਤੇ ਬਿੰਦਰ ਦੇ ਕੈਰੈਕਟਰ ਦੇ ਨਾਲ ਕਿਵੇਂ ਮੇਰੀ ਬੌਂਡ ਬਣਦੀ ਹੈ ਕਿਵੇਂ ਇੱਕ ਥੋੜਾ ਟਰਸਟ ਇਸ਼ੂ ਵੀ ਹੁੰਦਾ ਹੈ ਸਟਾਰਟਿੰਗ ਦੇ ਵਿੱਚ ਉਹ ਬਹੁਤ ਖੂਬਸੂਰਤ ਪਲ ਹੈ ਮੈਨੂੰ ਲੱਗਦਾ ਜਦੋਂ ਲੀਡ ਤੇ ਕਾਨਿਆ ਦਾ ਪਹਿਲਾ ਸ਼ਾਟ ਹੈ ਕਠਿਆ ਦਾ

ਉੱਦਣ ਪਤਾ ਲੱਗਾ ਕਿ ਐਕਚੁਅਲੀ ਕੁੜੀਆਂ ਦੇ ਨਾਲ ਜੋ ਦੁੱਖ ਹੈ ਉਹ ਕੀ ਹੈ ਤੇ ਮੈਂ ਕਦੇ ਉਹ ਚੀਜ਼ ਫੇਸ ਨਹੀਂ ਕੀਤੀ ਪਰ ਜਦੋਂ ਮੈਂ ਉਹ ਉੱਥੇ ਇਨ ધ ਮੋਮੈਂਟ ਕੀਤਾ ਹੈ ਪਤਾ ਨਹੀਂ ਕਿਉਂ ਮੈਂ ਲਾਈਕ ਸ਼ਾਰਟ ਹੋ ਵੀ ਗਿਆ ਕਟਵੀ ਹੋ ਗਿਆ ਮੈਂ ਫਿਰ ਵੀ ਉੱਥੇ ਬੈਠ ਕੇ ਰੋ ਰਹੀਆਂ ਮੈਂ ਤੋਂ ਕੈਰੈਕਟਰ ਤੋਂ ਬਾਹਰ ਹੀ ਨਾ ਆ ਹੋਵੇ ਤਾਂ ਮੈਨੂੰ ਥੋੜਾ ਟਾਈਮ ਲਾਈਕ ਲੈਣਾ ਪਿਆ ਜਿਸਕੇ ਮੀ ਅ ਫਿਊ ਮੋਮੈਂਟਸ ਹੈ ਨਾ ਆਈ ਥਿੰਕ ਉਹ ਇੱਕ ਬਿਊਟੀਫੁਲ ਮੂਮੈਂਟ ਹੈ ਮੇਰੀ ਮੇਰੇ ਲਈ ਮਿੱਤਰਾਂ ਦਾ ਨਾਮ ਚੱਲਦਾ ਹਮੇਸ਼ਾ ਖਾਸ ਰਹੇਗੀ ਉਸ ਮੂਮੈਂਟ ਕਰਕੇ ਰਾਈਟ ਸੋ ਤੁਸੀਂ ਤਾਂ ਯੂਜੂਅਲੀ ਵੀ ਜਿੱਦਾਂ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਰੋਈ ਤਾਂ ਇਹਨਾਂ ਨੂੰ ਤਾਂ ਆਪਾਂ ਜਾਣਦੇ ਆ ਇੱਕ ਇਹੋ ਜਿਹਾ ਬੱਚਾ ਅੰਦਰ ਹੈ ਕਿ ਕਾਸਟਿਊਮਸ ਲਈ ਵੀ ਰੋ ਪੈਨੇ ਹੋ ਕਈ ਵਾਰ ਮਮਾ ਨੂੰ ਮਿਸ ਕਰਕੇ ਜਾਂ ਕੁਝ ਵੀ ਹੈ ਨਾ ਨਿੱਕੀ ਨਿੱਕੀ ਚੀਜ਼ਾਂ ਸੋ ਤੁਹਾਡੇ ਕੈਰੈਕਟਰ ਤੋਂ ਤੁਸੀਂ ਕੀ ਸਿੱਖਿਆ ਹੈ ਬੇਸਿਕਲੀ ਕੁਝ ਚੇਂਜਸ ਖੁਦ ਦੀ ਪਰਸਨੈਲਿਟੀਜ਼ ਦੇ ਵਿੱਚ ਆਇਆ ਜਿੱਦਾਂ ਤੁਸੀਂ ਕਿਹਾ ਕਿ ਬਿਲਕੁਲ ਆਪੋਜ਼ਿਟ ਹੈ ਸੋ ਤੁਹਾਡੇ ਵਰਗੀ ਇੱਕ ਇਨੋਸੈਂਸ ਦੇ ਲਈ ਹੈ ਨਾ ਇੱਕ ਸਰਵਾਈਵਲ ਸਰਵਾਈਵਲ ਬਹੁਤ ਔਖਾ ਹੈ ਬਟ ਕੈਰੈਕਟਰ ਡਿਫਰੈਂਟ ਹੈ ਸੋ ਕੁਝ ਚੇਂजेस ਤੁਸੀਂ ਮਹਿਸੂਸ ਕੀਤੇ ਆਪਣੇ ਆਪ ਅ ਵੈਲ ਹਾਂ ਬਟ ਮੈਨੂੰ ਉਸ ਕੈਰੈਕਟਰ ਤੱਕ ਪਹੁੰਚਦੇ ਸ਼ਾਇਦ ਇੱਕ ਜਨਮ ਹੋਰ ਲੱਗ ਜੇ ਜਿਹੜਾ ਤਾੜ-ਤਾੜ ਬੋਲ ਕੇ ਤੇ ਅਗਲੇ ਨੂੰ ਚੁੱਪ ਕਰਾ ਦੇ ਮੈਂ ਨਹੀਂ ਆ ਐਕਟਿੰਗ ਕਰਨੀ ਹੈ ਤੇ ਮੈਂ ਬਿੰਦਰ ਦਾ ਕਿਰਦਾਰ ਵੀ ਬਹੁਤ ਵਧੀਆ ਨਿਭਾਇਆ ਐਕਟਿੰਗ 'ਚ ਕੋਈ ਉਹ ਨਹੀਂ ਬਟ ਪਰਸਨਲ ਲਾਈਫ ਚ ਆਈ ਕੈਰੀ ਮਾਈਸੈਲਫ ਡਿਫਰੈਂਟਲੀ ਆਈ ਥਿੰਕ ਇਟਸ ਸਿੰਸ ਆਲਵੇਸ ਪਰ ਮੈਂ ਇਹਦੇ ਤੋਂ ਇਹ ਚੀਜ਼ ਸਿੱਖੀ ਹੈ ਕਿ

ਕਿ ਜਿਹੜੀ ਦੁਨੀਆ ਜਿਹੋ ਜਿਹੀ ਆਉਂਦੇ ਹੋ ਜੋ ਰਾਈਟ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਗੱਲਾਂ ਦੇ ਵਿੱਚੋਂ ਹੀ ਨਿਕਲਦੀਆਂ ਨੇ ਅਸੀਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੁਹਾਡੀ ਲਾਈਫ ਦੇ ਜੇ ਮੈਂ ਗੱਲ ਕਰਨਾ ਚਾਹਾਂ ਇੱਥੇ ਵਿਮਨਸ ਦੀ ਜੋ ਜ਼ਿੰਦਗੀ ਤੁਸੀਂ ਹੁਣ ਦੇਖ ਰਹੇ ਹੋ ਜਾਂ ਜੋ ਤੁਸੀਂ ਫਿਲਮ ਦੇ ਕੈਰੈਕਟਰਸ ਦੇ ਥਰੂ ਫੀਲ ਕੀਤੀ ਜਦੋਂ ਤੁਸੀਂ ਕਿਹਾ ਵੀ ਮੈਂ ਫੇਸ ਨਹੀਂ ਕੀਤਾ ਸੀ ਤੇ ਮੈਂ ਬਹੁਤ ਰੋਈ ਉਸ ਕੈਰੈਕਟਰ ਤੇ ਤੁਸੀਂ ਆਪਦੇ ਮੁਲਕ ਦੇ ਜੇ ਵਿਮਨਸ ਦੀ ਇੱਕ ਲਾਈਫ ਸਟਾਈਲ ਦੇਖੋ ਕਿੰਨਾ ਕੁ ਡਿਫਰੈਂਸ ਤੁਹਾਨੂੰ ਫੀਲ ਹੁੰਦਾ ਔਰ ਕੀ ਤੁਹਾਨੂੰ ਲੱਗਦਾ ਹੈ ਕਿ ਉੱਥੇ ਬੈਟਰਮੈਂਟ ਜ਼ਿਆਦਾ ਇੱਥੇ ਨਾਲੋਂ ਔਰ ਇੱਥੇ ਜ਼ਿਆਦਾ ਜ਼ਰੂਰਤ ਹੈ ਇਸ ਚੀਜ਼ ਨੂੰ ਇੰਪਰੂਵ ਕਰਨ ਦੀ ਦੇਖੋ ਔਰ ਤਾਂ ਉੱਥੇ ਵੀ ਉਸੇ ਤਰੀਕੇ ਦੇ ਨਾਲ ਦੇਖੀ ਜਾਂਦੀ ਹੈ ਸ਼ਾਇਦ ਸਾਡੀਆਂ ਸਹੂਲਤਾਂ ਥੋੜੀਆਂ ਜ਼ਿਆਦਾ ਨਹੀਂ ਸ਼ਾਇਦ ਖੌਫ ਸਾਡਾ ਜਿਹੜਾ ਪਾਲਿਸੀਸ ਨੇ ਸਾਡਾ ਲਾਅ ਐਂਡ ਆਰਡਰ ਆ ਜੜਾ ਉਹ ਥੋੜਾ ਜ਼ਿਆਦਾ ਸਟੇਬਲ ਹੈ ਸਟੇਬਲਾਈਜ਼ਡ ਹੈ ਐਜੂਕੇਸ਼ਨ ਸਾਰਿਆਂ ਨੂੰ ਮਿਲ ਰਹੀ ਹੈ ਉੱਥੇ ਸੋ ਇਹ ਚੀਜ਼ਾਂ ਤੇ ਜਦ ਵੂਮਨਸ ਡੇ ਹੁੰਦਾ ਹੈ ਹਰ ਇੱਕ ਸਾਲ ਪਾਲਿਸੀ ਨਵੀਂ ਕੋਈ ਲਾਂਚ ਹੁੰਦੀ ਹੈ ਹਰ ਇੱਕ ਸਾਲ ਲ lobby ਸਾਨੂੰ ਆ ਕੇ ਦੱਸਦੇ ਨੇ ਕਿ ਅਸੀਂ ਆ ਪਾਲਿਸੀ ਕਰ ਰਹੇ ਹਾਂ ਫੋਰ ewomen ਐਨ ਜੀਓਜ਼ ਬਹੁਤ ਨੇ ਇੱਥੇ ਵੀ ਨੇ ਮੈਂ ਇੱਕ ਚੀਜ਼ ਅਸੀਂ ਕੱਲ ਗੱਲ ਕਰ ਰਹੇ ਸੀ ਮੈਨੂੰ ਪੁੱਛਿਆ ਗਿਆ ਸੀ ਕਿ ਬਸ ਦੇ ਵਿੱਚ ਤੁਹਾਡੇ ਨਾਲ ਕਦੀ ਤੱਕਾ ਹੋਇਆ ਮੈਂ ਕਿ ਮੇਰਾ ਤਾਂ ਕਦੀ ਵੀ ਨਹੀਂ ਇਦਾਂ ਮੈਨੂੰ ਬਸ ਦੀ ਵਿੱਚ ਕਦੀ ਵੀ ਕੁਝ ਫੇਸ ਨਹੀਂ ਕਰਨਾ ਪਿਆ ਕਿਉਂਕਿ ਉੱਥੇ ਬਸਾਂ ਇੰਨੀਆਂ ਸੇਫ ਨਹੀਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਪਰ ਆਬਵੀਅਸਲੀ ਇੱਥੇ 2 ਵਜੇ ਰਾਤ ਨੂੰ ਤੁਸੀਂ ਨਿਕਲਦੇ ਹੋ ਕੱਲੀ ਕੁੜੀ ਤਾਂ ਉੱਥੇ ਦੇ ਨਿਕਲਦੇ ਹੋ ਸੇਮ ਚੀਜ਼ ਹੈ ਉਹ ਥੋੜੀ ਧਮਾਕ ਦੇ ਵਿੱਚ ਹੋਣਾ ਚਾਹੀਦਾ ਕਿ ਮੈਂ ਵਿਜੀਲੈਂਟ ਹੋ ਕੇ ਬਾਹਰ ਨਿਕਲਾ बिकॉज ਯੂ ਡੋਟ نو ਬੁਰਾ ਇਨਸਾਨ ਕਿਤੇ ਵੀ ਹੋ ਸਕਦਾ ਹੈ ਹੈਨਾ ਬਟ ਇੱਕ ਚੀਜ਼ ਮੈਂ ਬਹੁਤ ਦੇਖਿਆ ਬਹੁਤ ਨੋਟਿਸ ਕੀਤਾ ਡਿਫਰੈਂਸ ਬਹੁਤ ਵੱਡੀ ਹੈ ਇੱਥੇ ਬਹੁਤ ਜ਼ਰੂਰਤ ਹੈ ਕਿ ਪਾਲਿਸੀਜ਼ ਥੋੜੀਆਂ ਜਿਆਦਾ ਸਟਰੈਂਥਨ ਹੋਣ ਥੋੜਾ ਜਿਹਾ ਜਿਆਦਾ ਬਦਲਾਵ ਲੈ ਕੇ ਆਉਣ ਸ਼ਾਇਦ ਆਪਾਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰੀਏ ਸ਼ਾਇਦ ਮਿੱਤਰਾਂ ਦਾ ਨਾ ਚੱਲਦਾ ਇੱਕ ਕਨਵਰਸੇਸ਼ਨ ਦਾ ਸਟਾਰਟ ਹੀ ਹੋ ਜਾਏ ਕਿਸੇ ਕਿਸੇ ਇੱਕ ਗਰੁੱਪ ਲਈ ਸ਼ਾਇਦ ਕੋਈ ਕਾਲਜ ਦਾ ਗਰੁੱਪ ਹੋਊਗਾ ਜਿਹੜਾ ਗੱਲ ਕਰ ਲਵੇ ਸੋ ਹੈ ਬਹੁਤ ਇੱਕ ਵੱਡਾ ਗੈਪ ਹੈ ਜੀ ਮੈਂ ਇਹ ਚੀਜ਼ ਸਿਰਫ ਇੱਥੇ ਆ ਕੇ ਜਦੋਂ ਮੈਂ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਜਦੋਂ ਮੈਂ 홀ੀਡੇਜ਼ ਤੇ ਆਉਂਦੀ ਸੀ ਉਦੋਂ ਨਹੀਂ ਫੀਲ ਹੁੰਦਾ ਸੀ ਉਦੋਂ ਸ਼ਾਇਦ ਮੈਂ ਛੋਟੀ ਵੀ ਸੀਗੀ ਬਟ ਹੁਣ ਜਿੱਦਾਂ ਜਿੱਦਾਂ ਮੈਂ ਫਲਰਿਸ਼ ਕਰ ਰਹੀ ਹਾਂ ਐਜ਼ ਅ ਊਮਨ ਐਂਡ ਮੈਂ ਦੇਖ ਰਹੀ ਹਾਂ ਕਿ ਬਹੁਤ ਇੱਕ ਵੱਡਾ ਗੈਪ ਹੈ ਐਂਡ ਮੈਨੂੰ ਬਹੁਤ ਦੁੱਖ ਹੁੰਦਾ ਹੈ ਜ਼ਰੂਰ ਮੈਂ ਗੈਪ ਦੇਖਦੀ ਹਾਂ ਕਸ ਮੈਨੂੰ ਇਹਦਾ ਲੱਗਦਾ ਕਿ ਐਂਡ ਮੈਨੂੰ ਵੀ ਆਪਣੇ ਆਪ ਨੂੰ ਬਦਲਣਾ ਪੈਂਦਾ ਆਈ ਹੈਵ ਟੂ ਮੋਡ ਮਾਈਸੈਲਫ ਉਸ ਤਰੀਕੇ ਨਾਲ ਅੱਛਾ ਉੱਥੇ ਮੈਂ ਆਹ ਕਰ ਸਕਦੀ ਇੱਥੇ ਨਹੀਂ ਕਰ ਸਕਦੀ ਸੋ ਚੀਜ਼ ਆਈ ਰੀਲੀ ਹੋਪ ਮੈਨਾਂ ਦਾ ਪੰਜਾਬ ਬਹੁਤ ਜ਼ਿਆਦਾ ਗਰੋਥ ਫਰਡਲ ਫਰਲੀ ਹੈ ਜੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਛੇਤੀ ਚੇਂਜ ਹੋ ਰਿਹਾ ਹੈ ਐਂਡ ਦੈਟਸ ਵਿਦ ਮੋਡਰਨਾਈਜੇਸ਼ਨ ਹੌਲੀ ਹੌਲੀ ਸਾਰਾ ਕੁਝ ਚੇਂਜ ਹੋਊਗਾ ਪਰ ਮੈਂ ਉਮੀਦ ਕਰਦੀ ਹਾਂ ਕਿ ਕੁੜੀਆਂ ਲਈ ਸੇਫਟੀ ਬਹੁਤ ਚੇਂਜ ਹੋਵੇ ਇੱਕ ਦਿਨ ਐਵੇਂ ਦਾ ਹੋਵੇ ਕਿ ਜਦੋਂ ਅਸੀਂ ਬਾਹਰ ਨਿਊਜ਼ ਦੇਖਦੇ ਹਾਂ ਤੇ ਦਿੱਲੀ ਨੂੰ the rape city of the world rape city of india ਕਿਹਾ ਜਾਂਦਾ i really hope ਕਿ ਇੱਕ ਦਿਨ ਇਦਾਂ ਦਾ ਨਾ ਹੋਵੇ ਕਿ ਉਹ ਨਾ ਕਿਹਾ ਜਾਵੇ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਮੈਂ ਸੁਣਦੀ ਆ ਕਿ ਇੱਕ ਛੋਟੀ ਬੱਚੀ ਦਾ ਰੇਪ ਹੋ ਰਿਹਾ ਹੈ ਇਹ ਹੋ ਰਿਹਾ ਹੈ ਉਹ ਹੋ ਰਿਹਾ ਹੈ ਇਟਸ ਜਸਟ ਲਾਈਕ ਵਾਈ ਅਪੀਂ ਦਾ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਉੱਥੇ ਹੀ ਕਿਉਂ ਹੋ ਰਿਹਾ ਜਿੱਥੇ ਆਪਾਂ ਨੂੰ ਇੰਨਾ ਜ਼ਿਆਦਾ ਸਟਰੋਂਗ ਹਿਸਟਰੀ ਹੈ ਆਪਣੀ ਇੰਨਾ ਜ਼ਿਆਦਾ ਕੁਝ ਸਿਖਾਇਆ ਜਾਂਦਾ ਹੈ ਜੀ ਇੰਨੇ ਵਧੀਆ ਮੋਰਲਸ ਨੇ ਸਾਡੇ ਤਾਂ ਕਿੱਥੇ ਆਪਣੀ ਕਮੀ ਕਿੱਥੇ ਰਹਿ ਰਹੀ ਮੈਨੂੰ ਸਮਝ ਨਹੀਂ ਲੱਗ ਰਹੀ ਜੀ ਮੈਨੂੰ ਲੱਗਦਾ ਸਾਰੀ ਕਮੀ ਮਾਨਸਿਕਤਾ ਦੀ ਹੈ ਤਾਂ ਨਹੀਂ ਤੁਸੀਂ ਇੱਥੇ ਜੰਮੇ ਪਲੇ ਹੋ ਆਮ ਸ਼ੋਰ ਕਿ ਤੁਸੀਂ ਬਹੁਤ ਕੁਝ ਬਚਪਨ ਤੋਂ ਲੈ ਕੇ ਹੁਣ ਤੱਕ ਇਹੋ ਜਿਹੇ ਫੇਸ ਭਾਵੇਂ ਨਾ ਕੀਤਾ ਹੋਵੇ ਪਰ ਇਹੋ ਜਿਹੇ ਚੀਜ਼ਾਂ ਜੋ ਇੱਕ ਕੁੜੀ ਨੂੰ ਕਮਜ਼ੋਰ ਬਣਾਉਂਦੀਆਂ ਨੇ ਮੈਨੂੰ ਲੱਗਦਾ ਇੱਕ ਫਰਵਰੀਸ਼ ਘਰੋਂ ਹੀ ਸ਼ੁਰੂ ਹੋ ਜਾਂਦੀ ਹੈ ਰੈਸਟ੍ਰਿਕਸ਼ਨਸ ਵਾਲੀ ਔਰ ਜਿੱਦਾਂ ਤੁਹਾਡਾ ক্যারেক্টার ਹੈ ਜਾਂ ਅਸੀਂ ਕੱਲੀ ਝੋਟਾ ਦੇਖ ਕੇ ਤੁਸੀਂ ਵੀ ਨੀਰੂ मैम ਦੀ ਬਹੁਤ ਤਾਰੀਫ ਕੀਤੀ ਜੋ ਕਿ ਬਣਦੀ ਹੈ ਬਟ ਤੁਹਾਨੂੰ ਨਹੀਂ ਲੱਗਦਾ ਕਿ ਜੇ ਕੁੜੀ ਬੋਲਡ ਹੈ بے ਬਾਕ ਹੈ ਔਰ ਜੇ ਉਹ ਆਪਣੀ ਗੱਲ ਰੱਖਣਾ ਜਾਣਦੀ ਹੈ ਤਾਂ ਸਭ ਤੋਂ ਪਹਿਲੀ ਚੀਜ਼ ਉਹਨੂੰ ਜਿਹੜੀ ਉਹਦਾ ਜਿਹੜਾ ਕੈਰੈਕਟਰ ਅਸੈਸਿਨੇਸ਼ਨ ਵੱਲ ਲੋਕਾਂ ਦੀ ਮਾਨਸਿਕਤਾ ਨੂੰ ਲੈ ਜਾਂਦੀ ਹੈ ਇਸ ਨੂੰ ਲੈ ਕੇ ਮੈਂ ਜ਼ਰੂਰ ਤੁਹਾਡੇ ਨਾਲ ਜਾਵਾਂਗੀ ਕਿ ਤੁਸੀਂ ਤੁਹਾਡਾ ਨਜ਼ਰੀਆ ਕੀ ਕਹਿੰਦਾ ਹੈ ਕਿਉਂਕਿ ਸਮਾਜ ਚ ਐਵੇਂ ਹੀ ਚਲੇ ਆ ਰਿਹਾ ਨਾ ਉਹਨਾਂ ਨੇ ਕਦੀ ਵੇਖਿਆ ਹੀ ਨਹੀਂ ਕੁੜੀਆਂ ਨੂੰ ਹੱਦ ਤੋਂ ਬਾਹਰ ਨਿਕਲਦੇ ਯੇ ਇਨ ਕੌਨਫिडੈਂਟ ਹੋ ਕੇ ਐ ਤੁਰਦੇ ਰਾਈਟ ਸੋ ਨੂੰ ਡਾਈਜੈਸਟ ਨਹੀਂ ਹੋ ਪੰਦੀ ਉਹ ਚੀਜ਼ ਜਿਹੜੀ ਚੀਜ਼ ਅਸੀਂ ਕਦੀ ਨਹੀਂ ਦੇਖੀ ਨੀ ਚੇਂਜ ਇਸ ਆਲਵੇਸ ਡਿਫਿਕਲ ਯੈਸ ਬਟ ਇਟ ਇਜ਼ ਆਈ ਮੀਨ ਅਨਵਿਟੇਬਲ ਤੁਸੀਂ ਉਹਨੂੰ ਨਹੀਂ ਇਗਨੋਰ ਕਰ ਸਕਦੇ ਸੋ ਉਹ ਚੀਜ਼ਾਂ ਹੁਣ ਜਦੋਂ ਹੋ ਰਹੀਆਂ ਤੇ ਸਮ ਪੀਪਲ ਟੇਕ ਇਟ ਔਨ ਈਗੋ ਜੀ ਐਵੇਂ ਪਹਿਲੇ ਤਾਂ ਨਹੀਂ ਸੀ ਹੁਣ ਤੁਸੀਂ ਬਾੜੀਆਂ ਆ ਗਈਆਂ ਬਟ ਉਹ ਰਿਕੁਆਇਰਮੈਂਟ ਹੈ ਬਚਪਨ ਤੋਂ ਜੇ ਗੱਲ ਕਹੀਏ ਤੇ ਬੜੀ ਜਗ੍ਹਾ ਤੇ ਨਾ ਬਚਪਨ ਕੀ ਹੂਨ ਵੀ ਕਾਲਿਕ ਪੋਲਿਟਿਕਸ ਦੀ ਗੱਲ ਚੱਲ ਰਹੀ ਸੀ ਕਿ ਕਿਉਂ ਪੋਲਿਟਿਕਸ ਚ ਕੁੜੀਆਂ ਘੱਟ ਐਂਡ ਉਹਦਾ ਮੈਨੂੰ ਇਹ ਲੱਗਦਾ ਵੀ ਪਰੋਸਾ ਹੀ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਕਰ ਹੀ ਨਹੀਂ ਪਾਏਗੀ ਹਮ ਡੂ ਯੂ ਫੀਲ ਉਹ ਨਹੀਂ ਕਰ ਪਾਏਗੀ ਐਂਡ ਵਾਈ ਨਹੀਂ ਕਰ ਪਾਏਗੀ ਗਿਵ ਮੀ ਅ ਰੀਜ਼ਨ ਫਿਜ਼ੀਕਲੀ ਉਹ ਕਹਿੰਦੇ ਵੀ ਵੀਕ ਹੈ ਉਹ ਵੀ ਸਿਨੈਰੀਓ ਤੋੜ ਤੇ ਬੀ ਇਟ ਬੋਡੀ ਬੀ ਇਟ ਜਿਮਿੰਗ ਐਂਡ ਹਾਊ ਕਮ ਅ ਫਿਜ਼ੀਕਲੀ ਵੀਕ ਵੈਨ ਅ ਗਰਲ ਇਜ਼ ਗਿਵਿੰਗ ਬਰਥ ਟਿਡ ਪਾੜ ਕੇ ਕੋ ਬੱਚਾ ਜੰਮ ਰਹੀ ਹੈ ਜੀ ਹੂ ਸੇਜ਼ ਸ਼ੀ ਇਜ਼ ਫਿਜ਼ੀਕਲੀ ਵੀਕ ਸੈਕੰਡਲੀ ਜੇ ਉਹ ਕਹੋ ਕਿ ਨਹੀਂ ਨਹੀਂ ਇਹਨਾਂ ਦੇ ਦਿਮਾਗ 'ਚ ਬਹੁਤ ਕੁਝ ਚੱਲਦਾ ਹੁੰਦਾ ਇਫ ਸ਼ੀ ਇਜ਼ ਹੈਂਡਲਿੰਗ ਹਾਊਸ ਜਿਹੜਾ ਆਲਰੇਡੀ ਆਪਣੇ ਆਪ 'ਚ ਇੱਕ ਕਿਓਸ ਹੈ ਐਂਡ ਦੈਨ ਅ ਵਰਕ ਆਲਸੋ ਦੋ ਫੁੱਲ ਟਾਈਮ ਜੌਬ ਕਰ ਰਹੀ ਹੈ why can't she take care of several other things utthe parosa hi hai ni basically so what we need to do is parosa karo ki kar legi responsibility pao ki samb legi then things will switch mere kare ae mainu bahut advantage di we are two sisters and my whole family is educated enough so unan nu kadi mere parents nu problem nahi hui par meri rishtedari ch bahut problem si ve inna di do kudiyan lai kal nu kon sambhega ye ho and aaj touched out by the grace of god me and my sister we doing wonderful and ohna de munde kare baithe ne i do not say anything but yes universe will make you count things it right. is not about girl or a uh, boy <laughs> it <laughs> is about how you nurture them and what you make them so you know exactly. shape kini denu hmm. so eh dimag ch kuch cheezan kad diyan jaan ve kudi hai te ye nahi kar payegi wo nahi kar payegi ya chote hunde to unnu realize karaya jaye ki you are unwanted or hmm. you are little behind ਜੀ देन द ਗਾਈ ਆਫ ਦਿ ਹਾਊਸ রাইਟ ਸੋ ਉਹ ਅਦਰਵਾਈਜ਼ ਉਹ ਸਪਰੈਸ ਹੁੰਦੇ ਹੁੰਦੇ ਬੰਦਾ ਅੰਡਰ ਕੌਨਫिडेंट ਹੋ ਜਾਂਦਾ ਐਂਡ ਉਹ ਚੀਜ਼ਾਂ ਵੇਖਦੀਆਂ ਉਹ ਪਤਾ ਲੱਗਦਾ ਕਿ ਯਾਰ ਐ ਰਿਜੈਕਟਡ ਰੈਬ ਇਨਸਨ ਲਾਈਫ ਚ ਚਾਹੇ ਮੁੰਡਾ ਚਾਹੇ ਕੁੜੀ ਸੋ ਟਰੀਟ ਇਕਵਲੀ ਐਂਡ ਜੋ ਕੁਝ ਵੀ ਐ ਜੰਮ ਦੇ ਬੱਚੇ ਤੋਂ ਹੀ ਸ਼ੁਰੂ ਹੋ ਜਾਂਦਾ ਕਿ ਉਹ ਕਿਹੜੀ ਸ਼ੇਪ ਲੈ ਕੇ ਨਿਕਲੇਗਾ ਜੀ ਸੋ ਇਟਸ ਵੈਰੀ ਇੰਪੋਰਟੈਂਟ ਟੂ ਟੇਕ ਕੇਅਰ ਆਫ ਸੈਮ থਿੰਗਸ ਇੰ ਸਿਸ ਫਿਜ਼ੀਕਲ ਫਿਜ਼ਿਕਲੀ ਜੋ ਪੈਰੈਂਟਸ ਕਰ ਸਕਦੇ ਨੇ ਜੋ ਮੈਂ ਮੀਰਾ ਇਹ ਨਜ਼ਰੀਆ ਐ ਮੇਰੇ ਵੀ ਆਪਣੀ ਬੱਚਿਆਂ ਨੂੰ ਜਿੱਦਾਂ ਸਾਡੇ ਯੂਕੇ ਦੇ ਵਿੱਚ ਜਦੋਂ ਬੱਚੇ ਛੋਟੇ ਹੁੰਦੇ ਆ 3-4 ਸਾਲ ਦੇ ਦੇ ਗੋ ਟੂ ਕਾਰਾਟੀ ਕਲਾਸਿਸ ਫੁੱਟਬਾਲ ਦੇ ਵਿੱਚ ਪਾਉਂਦੇ ਨੇ ਰਗਬੀ ਦੇ ਵਿੱਚ ਪਾਉਂਦੇ ਨੇ ਗੇਮਸ ਖੜਵਾਉਂਦੇ ਨੇ ਤੁਸੀਂ ਆਪਣੀਆਂ ਕੁੜੀਆਂ ਨੂੰ ਵੀ ਉਹਨਾਂ ਗੇਮਸ ਦੇ ਵਿੱਚ ਪਾਓ ਜੀ ਉੱਥੇ ਕੁੜੀਆਂ ਮੁੰਡੇ ਇਕੁਇਲ ਨੇ ਮੈਨੂੰ ਲੱਗਦਾ ਇਹਦੇ ਨਾਲ ਬਹੁਤ ਵੱਡਾ ਫਰਕ ਆਊਗਾ ਜੀ ਕਿਉਂਕਿ ਕੁੜੀਆਂ ਦੀ ਇੱਕ ਸਟੈਮੀਨਾ ਬਿਲਡ ਹੋਊਗਾ ਇੱਕ ਤਾਂ ਫਿਜ਼ਿਕਲੀ ਇਟਸ ਵੈਰੀ ਗੁੱਡ ਫॉर ਯੂ ਕਿਡਸ ਪਰ ਆਲਸੋ ਉਹਨਾਂ ਨੂੰ ਇਹ ਪਤਾ ਲੱਗੂਗਾ ਕਿ ਐਕਚੁਅਲੀ ਸਿਰਫ ਕ੍ਰਿਕਟ ਕੁੜੀਆਂ ਮੁੰਡਿਆਂ ਦੇ ਨਹੀਂ ਹੁੰਦਾ ਇਦਾਂ ਨਹੀਂ ਕਿ ਮੁੰਡੇ ਕ੍ਰਿਕਟ ਖੇਡ ਸਕਦੇ ਆ ਜਾਂ ਮੁੰਡੇ ਫੁੱਟਬਾਲ ਖੇਡ ਸਕਦੇ ਤੁਸੀਂ ਉਹ ਜਿਹੜੇ ਉਹ ਸਟੈਰੀਓਟਾਈਪਸ ਬਣੇ ਨੇ ਸ਼ਾਇਦ ਉਥੋਂ ਆਪਾਂ ਬ੍ਰੇਕ ਕਰ ਸਕਦੇ ਆਈ ਥਿੰਕ ਤੁਸੀਂ ਜਾਇ ਡਿਗਰੀ ਕਰੋ ਕਿ ਉਹ ਇੱਥੇ ਆਇਆ ਸਟਾਰਟ ਹੋਵੇਗਾ ਆਈ ਥਿੰਕ ਗੱਲ ਸਿਰਫ ਇੰਨੀ ਸਿੰਪਲ ਜੀ ਹੈ ਕੁੜੀਆਂ ਕੋਈ ਮੁੰਡਿਆਂ ਦੇ ਕੰਪੀਟੀਸ਼ਨ 'ਚ ਨਹੀਂ ਜਾਂਦੇ ਥੈਟ ਵੀ ਆਰ ਬੈਟਰ ਦੈਨ ਯੂ ਇਹ ਉਹ ਗੱਲ ਸਿਰਫ ਇੰਨੀ ਹੈ ਜਿਵੇਂ ਤੁਸੀਂ ਜ਼ੀਰੋ ਨਾਲ ਖੁੱਲ ਕੇ ਉਹ ਵੀ ਸਾਨੂੰ ਵੀ ਖੁੱਲ ਕੇ ਜੀ ਲੱਗਦਾ ਨਹੀਂ ਬਟ ਇੱਥੇ ਮੈਂ ਇੱਕ ਹੋਰ ਪੁਆਇੰਟ ਰੇਜ਼ ਕਰਨਾ ਚਾਹਾਂਗੀ ਅਸੀਂ ਟ੍ਰੇਲਰ ਦੇ ਵਿੱਚ ਵੇਖਿਆ ਵੀ ਉਹਨਾਂ ਨੇ ਕਿਹਾ ਬਈ ਤੱਕੇ ਨਾਲ ਤਾਂ ਬਿਲਕੁਲ ਵੀ ਨਹੀਂ ਇੱਕ ਬੜਾ ਬਿਊਟੀਫੁਲ ਡਾਇਲੋਗ ਹੈ ਜਦੋਂ ਮੁੰਡਾ ਛੱਤੀ ਜਗਤੇ ਵੀ ਚਲਿਆ ਜਾਂਦਾ ਤੇ ਹੁੰਦਾ ਵੀ ਮੁੰਡਾ ਜਵਾਨ ਹੋ ਰਿਹਾ ਘਰ ਦੇ ਬੜਾ ਪ੍ਰਾਊਡ ਫੀਲ ਕਰਦੇ ਨੇ ਇਨਫੈਕਟ ਬਚਪਨ ਤੋਂ ਇਹ ਤੇਰੀ ਸੇਲੀ ਕੋਣਾ ਕਲਾਸ 1 ਲਈ ਕੋਲ ਫਰਸਟ ਕਲਾਸ ਦੇ ਬੱਚੇ ਨੂੰ ਵੀ ਘਰ ਆ ਕੇ ਇਹ ਪੁੱਛਦੇ ਆ ਤੇਰੀ ਉਹ ਵਾਲੀ ਸਹੇਲੀ ਦਾ ਨਾਮ ਦੱਸ ਇਹਨਾਂ ਨੂੰ ਗੈਸਟ ਆਂਦੇ ਜਦੋਂ ਬਟ ਜੇ ਕੁੜੀ ਇੱਕ ਸੀਰੀਅਸ ਰਿਲੇਸ਼ਨਸ਼ਿਪ 'ਚ ਵੀ ਆ ਜੋ ਕਿ ਅੱਜਕੱਲ ਬਹੁਤ ਹੀ ਸ਼ਰਮ ਦੇ ਨਾਲ ਕਹਿਣਾ ਪੈ ਰਿਹਾ ਕਿ ਤੁਸੀਂ ਜੇ ਲਿਵਿੰਗ ਦੇ ਵਿੱਚ ਉਹ ਤੇ ਬੋਏਫ੍ਰੈਂਡ ਹੀ ਉਹਨੂੰ ਮਾਰ ਕੇ ਹੁਣ ਅਸੀਂ ਇਹ ਬਹੁਤ ਕੁਝ ਸੁਣ ਰਹੇ ਆ ਔਰ ਜੇ ਨਹੀਂ ਵੀ ਹੋ ਜਿਹੜੇ ਆਪਾਂ ਕੱਲ੍ਹ ਜੋਟੇ ਜਿਵੇਂ ਦੇਖਿਆ ਜਿਹੜੇ ਜਿਹਨੂੰ ਤੁਸੀਂ ਪਲੀਜ਼ ਨਹੀਂ ਕਰ ਰਹੇ ਹੋ ਉਹਦੇ ਲਈ ਤੁਸੀਂ ਇੱਕ ਟਿਪੀਕਲ ਵਰਡਸ ਕੁੜੀਆਂ ਨੂੰ ਦੇ ਦਿੱਤੇ ਜਾਂਦੇ ਆ ਕਿ ਇਹ ਤੇ ਐਦਾਂ ਆ ਇਹ ਤਾਂ ਐਦਾਂ ਆ ਆਈ ਏ ਮੈਨ ਇਹ ਜਿਹੜੇ ਚੀਜ਼ਾਂ ਸਮਾਜਿਕ ਤੌਰ ਤੇ ਅ ਆ ਇਹ ਇਹਦੇ ਇਸ ਘੇਰੇ ਦੇ ਵਿੱਚ ਹੈ ਸਰਕਲ ਦੇ ਵਿੱਚ ਤੇ ਤਾਂ ਆ ਰਾਜ ਅਸੀਂ ਸਾਰੇ ਹੀ ਹੋਂਦੇ ਆ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਆ ਮੈਨ ਤੁਸੀਂ ਕੀ ਸੋਚਦੇ ਹੋ ਜਾਂ ਕਿਵੇਂ ਦੇਖਦੇ ਹੋ ਜਾਂ ਆਉਣ ਵਾਲੇ ਟਾਈਮ ਦੀ ਵੀ ਜੇਕਰ ਗੱਲ ਕਰੀਏ ਤੇ ਇਹ ਪ੍ਰੋਸੈਸ ਆ ਮੈਨ ਕਿਵੇਂ ਤੁਹਾਡੇ ਤੁਹਾਨੂੰ ਲੱਗਦਾ ਬੀਇੰਗ ਅ ਗਰਲ ਵੀ ਸਹੀ ਹੀ ਹੋ ਸਕਦਾ ਅ ਦੇਖੋ ਇੱਕ ਬੰਦੇ ਦਾ ਵਨ ਮੈਨ ਗੇਮ ਤਾਂ ਹੈ ਨਹੀਂ ਹੈ ਸੋ ਇੱਕ ਤਾਂ ਸੋਸਾਇਟੀ ਨੂੰ ਸਾਰੇ ਨੂੰ ਇਕੱਠੇ ਹੋਣਾ ਪਏਗਾ ਵੀ ਨੋਬਡੀ ਵਿਲ ਟੋਲਰੇਟ ਐਨੀ ਬੈਡ ਅਗੇਂਸਟ ਐਨੀ ਵਨ ਦੂਜਾ ਸਟੇ ਲਾਜ਼ ਨੂੰ ਸਟਰੋਂਗ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਕਿਉਂਕਿ ਉਹ ਕਹਿੰਦੇ ਕਿ ਯਾਰ ਫੇਰ ਕੀ ਹੈ ਛੇੜਿਆ ਯਾ ਨਾ ਥੋੜਾ ਜਿਹਾ ਕਿਉਂ ਰਾਈਟ ਵਾਈ ਡੋਨਟ ਵੀ ਟੀਚ ਬॉयਜ਼ ਇਨ ਦ ਸਕੂਲ ਥੈਟ ਦੇ ਸ਼ੇਅਰ ਪਲਾਨਟ ਇਕਵਲੀ ਬਿਹੇਵ ਵੈਲ ਕਿਉਂ ਨਹੀਂ ਸਿਖਾਇਆ ਜਾਂਦਾ ਜੀ ਕਿ ਕਿਉਂ ਨਹੀਂ ਕੁੜੀਆਂ ਨੂੰ ਉਹ ਹੱਕ ਦਿੱਤੇ ਜਾਂਦੇ ਵਿੱਚ ਤੁਹਾਡੇ ਨਾਲ ਕੋਈ ਕੁਛ ਕਰ ਰਿਹਾ ਕਿ ਮਾਰ ਕੇ ਆਜੋ ਵੇਖਾਂਗੇ ਰਾਈਟ ਉਹਨਾਂ ਨੂੰ ਸਿਖਾਇਆ ਜਾਂਦਾ ਨਾ ਨਾ ਲੜਾਕੀ ਕੁੜੀਆਂ ਦੇ ਵਿਆਹ ਨਹੀਂ ਹੋਣੇ ਬਾਜ ਤੇ ਕੀ ਕਰੋ ਫਿਰ ਐਂਡ ਚੁੱਪ ਰਹਿਣਾ ਹੈ ਕਿਉਂਕਿ ਫਿਰ ਬੇਇੱਜ਼ਤੀ ਹੋਗੀ ਆਰਲ ਦੋ ਵਾਲੇ ਹੈ ਨਾ ਸੋ ਆਈ ਥਿੰਕ ਉਹ ਹੀ ਮੈਂ ਅਗੇਨ ਕਹੂੰਗੀ ਕਿ ਬਚਪਨ ਤੋਂ ਇਹ ਸਿਨੈਰੀ ਸ਼ੁਰੂ ਹੋ ਜਾਂਦਾ ਇਟ ਇਜ਼ ਵੈਰੀ ਇੰਪੋਰਟੈਂਟ ਫॉर ਪੈਰੈਂਟਸ ਹੂ ਆਰ ਗੋਇੰਗ ਟੂ ਹੈਵ ਕਿਡਸ ਜੀ ਤੁਹਾਡੇ ਕੋਈ ਲਾਈਫ ਦੇ ਟਰੋਮਾਸ ਨੂੰ ਛੱਡ ਕੇ ਫਿਰ ਬੱਚੇ ਕਰਨਾ ਸੋ ਐਸ ਯੂ ਕੈਨ ਗਿਵ them ਪ੍ਰੋਪਰ ਲਾਈਫ ਐਂਡ ਗੁੱਡ ਮੋਰਲ ਵੈਲਿਊਜ਼

ਉਹ ਜਿਹੜੇ ਨਹੀਂ ਕਰ ਗਏ ਉਹਨਾਂ ਨੂੰ ਥੋੜਾਖ ਹੋਰ ਸਮਝਾਣ ਦੀ ਸਾਡਾ ਤੱਕਲਾਂ ਦੀ ਲੋੜ ਹੈ। ਦੈਟਸ ਹਾਊ ਵੀ ਆਰ ਮੇਕਿੰਗ ਫਿਲਮਸ ਨਾਓ ਕਿਉਂਕਿ ਸਿਨੇਮਾ ਅ ਅਨਨੋਇੰਗਲੀ ਥੋੜੇ ਸਬਕੌਨਸ਼ੀਅਸ ਮਾਈਂਡ ਤੇ ਬਹੁਤ ਇੰਪੈਕਟ ਛੱਡਦਾ। ਰਾਈਟ ਇੱਕ ਥੋੜਾ ਜਿਹਾ ਹੋਰ ਨਿੱਜੀ ਸਵਾਲ ਹੈ ਜੋ ਹਰ ਕੋਈ ਫੇਸ ਕਰਦਾ ਹੈ ਕਿਉਂਕਿ ਅਸੀਂ ਸੋਸ਼ਲ ਮੀਡੀਆ ਨੂੰ ਅੱਜਕੱਲ ਅਸੀਂ ਬਹੁਤ ਜ਼ਿਆਦਾ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਸੋ ਮੈਂ ਕਮੈਂਟਸ ਦੀ ਗੱਲ ਜ਼ਰੂਰ ਕਰਨਾ ਚਾਹਾਂਗੀ ਜੋ ਕਿ ਬਹੁਤ ਇਜ਼ੀਲੀ ਬੈਠ ਕੇ ਸਿਰਫ ਕੁਝ ਸੈਕਿੰਡਸ ਦੇ ਗੇਮ ਹੈ ਜੋ ਅੱਛਾ ਕਹਿੰਦੇ ਨੇ ਉਹ ਸਾਡੇ ਲਈ ਮੋਟੀਵੇਸ਼ਨ ਬਣਦੇ ਨੇ ਔਰ ਅਸੀਂ ਹੋਰ ਜ਼ਿਆਦਾ ਜ਼ਿੰਦਗੀ 'ਚ ਅੱਗੇ ਵਧਦਾ ਜਾਂਦੇ ਆ ਤਾਂ ਇਹ ਉਹਨਾਂ ਕਮੈਂਟਸ ਨੂੰ ਕਿੱਦਾਂ ਦੇਖਦੇ ਹੋ ਜੋ ਤੁਹਾਡੇ ਡਿਸਰੈਸਪੈਕਟ ਦੇ ਵਿੱਚ ਕੀਤੇ ਜਾਂਦੇ ਆ ਜੋ ਲੋਕ ਤੁਹਾਨੂੰ ਜਾਣਦੇ ਵੀ ਨਹੀਂ ਐ ਜਾਂ ਤੁਹਾਨੂੰ ਵੀ ਜਾਣਦੇ ਨਹੀਂ ਆ ਔਰ ਇੱਕ ਸੈਕਿੰਡ ਲਗਾਉਂਦੇ ਨੇ ਸਿਰਫ ਟਾਈਪ ਕਰਨ ਦੇ ਵਿੱਚ ਔਰ ਉਹ ਇਹ ਵੀ ਨਹੀਂ ਸਮਝ ਪਾਉਂਦੇ ਕਿ ਇਹਨੂੰ ਹੋਰ ਵੀ ਕਿੰਨੇ ਜਣੇ ਪੜ੍ਹਣਗੇ ਤੇ ਕਿੰਨਾ ਗੰਦਾ ਪ੍ਰਭਾਵ ਪਏਗਾ ਸ਼ਰਤਾਂ ਲਈ ਮੈਂ ਤਾਂ कई शब्द कदे देखे भी नहीं सुने भी नहीं हाँ जे मैं देखती हूँ कॉमेंट्स के मैं कई बार पूछना पैन तो जब मैं पूछ ली फिर कोई कह नहीं ये नहीं कहना बैड वर्ड एंड लाइक सो सुने भी नहीं हैटली यहोज शब्द यूज कर रहे हो तुम्हें पूछे कि बॉडी कैउट एंड ऑल अच्छा मैं इतनी गल सुनी कि जो कई कल्चर के बच्चे है कि बैडशीट्स दूजे दिन चेक की जाती है येस That is so incorrect, such a rude, such a disrespectful thing towards a woman. You know, a yes. sport, Gymnastics, the happens naturally. Very right. So what are you gonna do to, to that girl? that hmm. And natural thing we make love. ਇਟਸ ਇਟਸ ਸੁਪੋਜ਼ ਟੂ ਬੀ ਇਟਸ ਅ ਵੈਰੀ ਨੈਚੁਰਲ ਚੀਜ਼ ਓ ਇਨੀ ਸੋਨੀ ਚੀਜ਼ ਐ ਤੁਸੀਂ ਕਿੰਨਾ ਉਹਨੂੰ ਸੈਕਸ਼ੁਅਲਾਈਜ਼ ਇਦਾਂ ਕਿਉਂ ਕਰ ਰਹੇ ਰਾਈਟ ਇੱਕ ਐਜੂਕੇਸ਼ਨ ਦੀ ਲੈਕ ਐ ਬਟ ਉਹੀ ਕਮੈਂਟਸ ਦੇ ਵਾਪਸ ਆਵਾਂਗੀ ਕਿ ਕਮੈਂਟਸ ਤੁਸੀਂ ਕਰ ਦਿੰਦੇ ਨਿਓ ਅਸੀਂ ਵੀ ਡਿਲੀਟ ਕਰ ਦਿੰਦੇ ਆ ਡਿਲੀਟ ਬਲੌਗ ਡਿ ਮਾਈਂਡ ਤੋਂ ਡਿਲੀਟ ਹੋ ਜਾਂਦੇ ਨੇ ਬਟ ਕਈ ਵਾਰ ਨਾ ਪਹਿਲਾਂ ਪਹਿਲਾਂ ਮੈਨੂੰ ਬੜਾ ਔਖਾ ਲੱਗਦਾ ਸੀ ਕਿਉਂਕਿ ਕੱਪੜਿਆਂ ਤੇ ਇੰਨੀ ਟਿੱਪਣੀ ਕਿ ਅੱਛਾ ਤੂੰ ਇਦਾਂ ਦੇ ਕੱਪੜੇ ਪਾ ਕੇ ਤੂੰ ਆ ਯੂ ਲਰਿੰਗ ਇਨ men ਨਹੀਂ ਮੇਰਾ ਮਨ ਹੈ

ਇਹ टीच ਕੀਤਾ ਜਾਂਦਾ ਮੇਰੀ ਫੈਮਿਲੀ ਮੇਰੇ ਖੁਦ ਦੇ ਰਿਸ਼ਤੇਦਾਰ ਨੇ ਜਦੋਂ ਯੂ نو ਦੇ ਗੈਟ ਦ ਲੈਟਰ ਐਟ ਹੋਮ ਮੇਰੇ ਮੇਰੇ ਜਦਾਂ ਯੂ نو ਕਿ ਕਜ਼ਨਸ ਨੇ ਉਹ ਕਹਿੰਦੇ ਵੀ ਸਾਡੇ ਪੇਰੈਂਟਸਾਂ ਨੇ ਤਾਂ ਕਿਹਾ ਸੀ ਕਿ ਨਹੀਂ ਉਹ ਨਹੀਂ ਬੈਠ ਸਕਦੇ ਉਸ ਕਲਾਸ ਦੇ ਵਿੱਚ ਵਾਈ ਕੈਨ ਯੂ ਨੋਟ ਡੂ ਸੈਕਸ ਐਜੂਕੇਸ਼ਨ ਇਟਸ ਵਨ ਇਟਸ ਸੋ 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 ਇੰਪੋਰਟੈਂਟ ਕਿ ਤੁਸੀਂ ਛੋਟੇ ਬੱਚੇ ਨੂੰ ਸਿਖਾਓ ਕਿ ਕੀ ਸਹੀ ਹੈ ਕਿਹੜਾ ਟੱਚ ਸਹੀ ਹੈ ਕਿਹੜਾ ਟੱਚ ਗਲਤ ਹੈ ਰਾਈਟ ਜੀ ਸੋ ਆਪਣਾ ਆਪਣੀ ਮੁੰਡਿਆਂ ਨੂੰ ਸਖਾਈਏ ਕੁੜੀਆਂ ਨੂੰ ਦੋਨਾਂ ਨੂੰ ਸਖਾਈਏ ਕਿਉਂਕਿ ਅੱਜਕੱਲ ਕੁੜੀਆਂ ਵੀ ਬਹੁਤ ੱੱਕਾ ਕਰ ਰਹੀਆਂ ਨੇ ਜੀ ਜੀ ਸੋ ਦੋਨੇ ਪਾਸੇ ਹੋਣਾ ਚਾਹੀਦਾ ਹੈ ਸੋ ਕਮੈਂਟਸ ਦਾ ਇਟਸ ਜਿੰਨਾ ਦੀ ਠਿਕ-ਠਕ ਸੋਚ ਜਾਂਦੀ ਹੈ ਉੱਤੇ ਤਾਂ ਕੀ ਉਹਨਾਂ ਨੇ ਲਿਖਣਾ ਹੈ ਬਿਲਕੁਲ ਮੈਂ ਖੁਦ ਕਹਿੰਨੀ ਆ ਕਿ ਕੈਨ ਨਾਲ ਕੋਈ ਉਦਾਂ ਦਾ ਹੋ ਨਹੀਂ ਜਾਂਦਾ ਇਨਫੈਕਟ ਤੁਹਾਡੀ ਖੁਦ ਦੀ ਮੈਂਟੈਲਿਟੀ ਕੀ ਹੈ ਉਹ ਪਤਾ ਲੱਗਦੀ ਕਿ ਤੁਹਾਡੀ ਸਾਈਕੀ ਇੱਥੋਂ ਤੱਕ ਹੀ ਹੈ ਬਟ ਓਕੇ ਹੀ ਇਸ ਦਾ ਹੀਰੋ ਆਫ ਦਾ ਫਿਲਮ ਬਹੁਤ ਅੱਛਾ ਐਗਜ਼ਾਮਪਲ ਸੈੱਟ ਕਰ ਰਿਹਾ ਕੁੜੀਆਂ ਦੇ ਹੱਕ 'ਚ ਗੱਲ ਕਰ ਰਹੇ ਨੇ ਤੁਸੀਂ ਵੀ ਕਿਤੇ ਨਾ ਕਿਤੇ ਹੀਰੋ ਮੂਵੀ ਦੇ ਹੈ ਨਾ ਕਿਉਂਕਿ ਤੁਸੀਂ ਵੀ ਇੱਕ ਕੈਰੈਕਟਰ ਦੇ ਥਰੂ ਜੋ ਹੈ ਉਹ ਔਰੁਮਨਸ ਦੇ ਹੱਕ ਦੀ ਗੱਲ ਕਰੋਗੇ ਫਿਲਮ ਦੇ ਵਿੱਚ ਜੋ ਕਿ ਟ੍ਰੇਲਰ ਤੋਂ ਹੋ ਰਿਹਾ ਬਟ ਇਨ ਦਾ ਐਂਡ ਮੈਂ ਜ਼ਰੂਰ ਜਾਨਣਾ ਚਾਹਾਂਗੀ ਤੁਹਾਡੀ ਲਾਈਫ Vekho, uh, the motivation starts from home. Yes. And of course, it's not me. So many people will evidence this that one mama has a lot of motivation because that's the first thing that we see. Yes. Working so hard, yes. running around, doing everything. So if I have to take motivation, I'll take from her because my mother yes. has balanced, she's a working woman, and she balanced everything so, so well. That I have seen her working hard and then also giving a uh, sanskar to her kids and keeping the family binded together and then work also. So, yes, of course, I would say she is the one that I admire a lot. There are many other women, many other women. I don't know how many women I have No doubt, words motivate me. But this lady nu has din, raat, the karde and kar been in the house and has been in the house. So, I admire her more. ਬਿਨ ਐਨੀ ਵਾਰੀ ਹੁਣ ਤੇ ਆਏ ਵੀ ਹੋਏ ਨੇ ਯਾ ਸੋ ਤੁਹਾਡੇ ਤੁਹਾਡੇ ਤੋਂ ਵੀ ਜਾਨਣਾ ਚਾਹਾਂ ਆਈ ਥਿੰਕ ਮੈਂ ਆਬਵੀਅਸਲੀ ਨੋ ਡਾਊਟ ਮਾਈ ਮਮ ਉਤਾ ਉਹਨਾਂ ਦਾ ਦੇਣਾ ਕਦੇ ਵਾਪਸ ਦੇ ਨਹੀਂ ਸਕਦੇ ਸੋ ਅਸੀਂ ਕਦੇ ਵੀ ਨਹੀਂ ਦੇ ਪਾਵਾਂਗੇ ਅਸੀਂ ਉਹਨਾਂ ਦੀ ਉਹ ਜਿੰਨੀ ਸਿਫਤ ਕਰਨਾ ਉਹਨੀ ਘੱਟ ਹੈ ਅਸੀਂ ਕਰ ਅਸੀਂ ਕਰਨ ਜੋਗੇ ਹੀ ਨਹੀਂ ਹੈਗੇ ਉਹ ਸਿਫਤ ਹੈ ਨਾ ਮੈਂ ਉਹਨਾਂ ਨੂੰ ਕਹਦਾ ਕਿ ਤੁਸੀਂ ਮੈਨੂੰ ساری ਜ਼ਿੰਦਗੀ ਦਿੱਤੀ ਨਹੀਂ ਮੈਂ ਉਹ ਹਜੇ ਉਹਨੀ ਜੋਗੀ ਹੋਈ ਨਹੀਂ ਕਿ ਮੈਂ ਉਹਨਾਂ ਨੂੰ ਇਹ ਗੱਲ ਕਹਿ ਸਕਾਂ ਪਰ ਮੈਂ ਇੱਕ ਚੀਜ਼ ਜ਼ਰੂਰ ਦੇਖਿਆ ਮੇਰੀ ਦੋਨੀ ਪੈਣਾ ਦੇ ਵਿਆਹ ਹੋਏ ਨੇ ਜਿਹੜੇ ਸਾਥ ਦੇ ਨਾਲ ਮੇਰੀਆਂ ਭੈਣਾਂ ਨੇ ਇਸ ਘਰ ਚੋਂ ਜਾ ਕੇ ਦੂਸਰੇ ਘਰ ਦਾ ਸੰਭਿਆ ਹੈ ਅ ਤੇ ਜਿਹੜੇ ਸਾਥ ਦੇ ਨਾਲ ਉਹਨਾਂ ਨੇ ਇੱਕ ਕਬੀਲਦਾਰੀ ਲਈ ਹੈ ਆਪਣੇ ਜ਼ਿਰ ਤੇ ਮੋਢਿਆਂ ਤੇ ਮੈਨੂੰ ਬਹੁਤ ਇਨਸਪਾਇਰ ਕਰਦੀ ਹੈ ਮੈਨੂੰ ਮੈਂ ਆਪਣੀਆਂ ਭੈਣਾਂ ਨੂੰ ਦੇਖ ਕੇ ਹਮੇਸ਼ਾ ਮੈਂ ਉਹਨਾਂ ਨੂੰ ਕਦੇ ਪਰਸਨਲੀ ਗੱਲ ਨਹੀਂ ਕਹੀ ਬਹੁਤ ਕੁਝ ਦੇਖਦੀਆਂ ਨੇ ਉਹ ਸਾਰੇ ਘਰ ਜਾ ਕੇ ਸੇਮ ਗੱਲ ਨਹੀਂ ਹੁੰਦੀ ਮੈਂ ਦੇਖਦੀ ਆ ਕਿ ਵੇਰ ਮੈਂ ਆਪਣੇ ਪੈਰਾਂ ਨੂੰ ਫੋਨ ਵੀ ਕਰਦੀ ਆ ਮੇਰੀ ਇੱਕ ਪੈਣ ਤਾਂ ਕੈਨੇਡਾ ਰਹਿੰਦੀ ਐ ਸੋ ਉਹ ਤਾਂ ਸਾਡੇ ਤੋਂ ਦੂਰ ਵੀ ਬਹੁਤ ਐ ਕਿਵਰ ਉਹਨੂੰ ਇਦਾਂ ਵੀ ਲੱਗਦਾ ਕਿ ਫੋਨ ਕਰੇ ਕਰਾ ਜ਼ਰਹੰਦਾ ਕਿ ਮੰਮੀ ਨੂੰ ਐ ਵੀ ਟੈਨਸ਼ਨ ਹੋਊਗੀ ਉਹ ਜਿਹੜੀ ਚੀਜ਼ ਐ ਉਹ ਮੈਨੂੰ ਬਹੁਤ ਇਨਸਪਾਇਰ ਕਰਦੀ ਐ ਕਿਦਾਂ ਆਪਣੇ ਬਾਪ ਨੂੰ ਛੱਡ ਕੇ ਉਹ ਦੂਰ ਬੈਠੀਆਂ ਨੇ ਕਿਦਾਂ ਉਹ ਦੋ ਫੈਮਿਲੀਜ਼ ਮੇਰੀ ਮਿਡਲ ਸਿਸਟਰ ਹਜੇ ਵੀ ਸਾਡੀ ਕੇਵਲ ਗ੍ਰੋਸਰੀ ਸ਼ਾਪਿੰਗ ਕਰ ਲੈਂਦੀ ਐ ਸੋ ਉਹ ਚੀਜ਼ ਕਿਦਾਂ ਹੈਂਡਲ ਕਰਦੀਆਂ ਨੇ ਆਈ ਥਿੰਕ ਇਟਸ ਬਿਊਟੀਫੁਲ ਆਮ ਸੋ ਪ੍ਰਾਊਡ ਆ ਥੈਮ ਤੇ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਕਿਉਂਕਿ ਆ ਤੁਸੀਂ ਕੈਨ ਨੂੰ ਤਾਂ ਲੋਕੀ ਕਹਿੰਦੇ ਆ ਗਲੈਮਰਸ ਨੇ ਐਕਟ੍ਰੈਸ ਨੇ ਇਹਨਾਂ ਦੀ ਤਾਂ ਜ਼ਿੰਦਗੀ ਹੈ ਪਰ ਤੁਸੀਂ ਵੀ ਬਹੁਤ ਬਿਊਟੀਫੁਲੀ ਬਹੁਤ ਜ਼ਿਆਦਾ ਹਿੰਮਤ ਦੇ ਨਾਲ ਆਪਣੀ ਲਾਈਫ ਨੂੰ ਪੈਰਲਲ ਰੱਖ ਕੇ ਅੱਗੇ ਵਧਦੇ ਹੋ ਔਰ ਦੁਨੀਆ ਦੇ ਲਈ ਹਮੇਸ਼ਾ ਕੁਝ ਅਜੀਹਾ ਲੈ ਕੇ ਆਂਦੇ ਹੋ ਜੋ ਸ਼ਾਇਦ ਸਾਡੇ ਸਮਾਜ ਦੇ ਵਿੱਚ ਜ਼ਰੂਰਤ ਔਰ ਬੜੀ ਜ਼ਿਆਦਾ ਲੋੜ ਵੀ ਹੈ ਸੋ ਹਾਸੋਫ ਐ ਸਾਰੀ ਟੀਮ ਨੂੰ ਐਂਡ ਮੈਨੀ ਕੰਗratulations ਸੋ ਟਾਈਮ ਬਹੁਤ ਘਟ ਹੈ ਗੱਲਾਂ ਤਾਂ ਮੁੱਕਦੀਆਂ ਹੀ ਨਹੀਂ ਖਾਸ ਕਰ ਕੁੜੀਆਂ ਦੀਆਂ ਸੋ ਤੁਹਾਡੀ ਮੇਕਅਪ ਕਿਟ ਵਧੀ ਹੈ ਜਾਂ ਘੱਟ ਹੋ ਗਈ ਹੈ ਇਹਨਾਂ ਦੀ ਬਹੁਤ ਤਗੜੀ ਮੇਕਅਪ ਕਿਟ ਹੈ ਤੇ ਇਹਨਾਂ ਦੀ ਬਹੁਤ ਤਗੜੀ ਜੁਐਲਰੀ ਕਿਟ ਹੈ ਦੋਨੋਂ ਦੀ ਦੇਖੀ ਹੈ ਮੈਂ ਨਹੀਂ ਕੱਟ ਰਹੀ ਹੈ ਹੌਲੀ ਹੌਲੀ ਕੱਟ ਰਹੀ ਹੈ ਓਕੇ ਸੋ ਇਸੇ ਤਰ੍ਹਾਂ ਸਮਾਈਲ ਕਰਦੇ ਰਹੋ ਸੋਨਾ ਕਮ ਕਰਦੇ ਰਹੋ ਐਂਡ ਅੱਛੇ ਐਗਜ਼ਾਮਪਲ ਦੇ ਨਾਲ ਅੱਗੇ ਵਧਦੇ ਰਹੋ ਸਾਰੀ ਦੁਆਵਾ ਨੇ ਤੁਹਾਨੂੰ ਸਾਰੇ ਸੁਪਨੇ ਪੂਰੇ ਹੁੰਦੇ ਨੇ ਥੈਂਕ ਯੂ ਸੋ ਮਚ ਇਹੋ ਜਿਹੇ ਕਨਸੈਪਟਸ ਲੈ ਕੇ ਆਉਣ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਅਨਦਰ ਰੋਟੀ ਦਾ ਟਾਈਮ ਹੋ ਗਿਆ ਟਾਈਮ ਸ਼ੋਰ ਤੁਹਾਡੇ ਵੀ ਕੋਈ ਨਾ ਕੋਈ ਟਾਈਮ ਹੋ ਗਿਆ ਹੋਏਗਾ ਜੰਨਾ ਵੀ ਸਮਾਂ ਤੁਸੀ ਦਿੱਤਾ ਗੱਲਾਂ ਬਾਤਾਂ ਸੁਣਨ ਦੇ ਲਈ ਮੈਨੂੰ ਲੱਗਦਾ ਹੈ ਕਿ ਸਿਰਫ ਗੱਲਾਂ ਬਾਤਾਂ ਤੱਕ ਸੀਮਿਤ ਨਹੀਂ ਰਹੇਗਾ ਕਿਉਂਕਿ ਇੱਕ ਸੋਚ ਹੈ ਜਿਹੜੇ ਫਿਲਮ ਦੇ ਵਿੱਚ ਵਿਖਾਈ ਗਈ ਤੁਸੀਂ ਸਾਰੇ ਇਕੱਠੇ ਮਿਲ ਕੇ ਵਧਾਂਗੇ ਅੱਗੇ ਤੇ ਸੁਪਨੇ ਵੀ ਪੂਰੇ ਹੋਣਗੇ ਫਰਹਾਲ ਦੇ ਲਈ ਦਿਓ ਇਜਾਜ਼ਤ ਆਪਣਾ ਤੇ ਆਪਣੇ ਦਾ ਰੱਖੋ ਖਿਆਲ ਸਟੇ ਪੋਜ਼ਿਟਿਵ ਕੀਪ ਸਪਾਇਲਿੰਗ ਕੀਪ ਵਾਚਿੰਗ ਸਾਰੇ ਪੰਜਾਬੀ ਸਸ਼ਰਕਾ